ਭਾਰਤੀ ਰਿਜ਼ਰਵ ਬੈਂਕ ਅੱਜ ਕੱਲ੍ਹ ਖ਼ਬਰਾਂ ਦੇ ਵਿੱਚ ਹੈ। RBI ਨੂੰ ਬੈਂਕਾਂ ਦਾ ਬੈਂਕ ਵੀ ਕਿਹਾ ਜਾਂਦਾ ਹੈ। RBI ਕਰੰਸੀ ਨੋਟ ਜਾਰੀ ਕਰਦਾ ਹੈ, ਜਦੋਂ ਲੋੜ ਹੋਵੇ ਬਾਜ਼ਾਰ ਦੇ ਵਿੱਚ ਪੈਸਿਆਂ ਦੀ ਸਪਲਾਈ ਵੀ ਵਧਾ ਦਿੰਦਾ ਹੈ, ਰੈਪੋ ਰੇਟ ਤੈਅ ਕਰਦਾ ਹੈ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਇੰਦਰਜੀਤ ਕੌਰ ਅਤੇ ਕੰਮ ਧੰਦਾ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਰਿਜ਼ਰਵ ਬੈਂਕ ਦੇ ਰੋਲ ਅਤੇ ਇਸ ਦੀਆਂ ਜ਼ਿੰਮੇਵਾਰੀਆਂ ਦੀ। ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਐਕਟ 1934 ਦੀਆਂ ਤਜਵੀਜ਼ਾਂ ਦੇ ਅਨੁਸਾਰ 1 ਅਪ੍ਰੈਲ 1935 ਨੂੰ ਕੀਤੀ ਗਈ ਸੀ। RBI ਦਾ ਹੈੱਡਕੁਆਟਰ ਉਹ ਦਫ਼ਤਰ ਹੈ ਜਿੱਥੇ ਗਵਰਨਰ ਬੈਠਦੇ ਨੇ ਅਤੇ ਜਿੱਥੇ ਨੀਤੀਆਂ ਵੀ ਤੈਅ ਕੀਤੀਆਂ ਜਾਂਦੀਆਂ ਨੇ। ਇਹ ਸਰਕਾਰਾਂ ਦਾ ਬੈਂਕਰ ਹੈ ਅਤੇ ਸਾਰੇ ਬੈਂਕਾਂ ਦੇ ਖਾਤੇ ਰੱਖਦਾ ਹੈ। ਇਸ ਦੇ ਲਈ ਇਸ ਨੂੰ ਬੈਂਕਾਂ ਦਾ ਬੈਂਕ ਵੀ ਕਹਿੰਦੇ ਨੇ। ਤੁਹਾਨੂੰ ਸਾਰਿਆਂ ਨੂੰ ਨੋਟਬੰਦੀ ਦਾ ਦੌਰ ਵੀ ਯਾਦ ਹੋਏਗਾ, ਲੰਮੀਆਂ ਲਾਈਨਾਂ ਅਤੇ ਨੋਟ ਬਦਲਣ ਦੀਆਂ ਵਾਰ-ਵਾਰ ਬਦਲਦੀਆਂ ਡੈਡਲਾਈਨਸ। ਨਵੀਂ ਕਰੰਸੀ ਦੇ ਦੌਰ ਦਾ ਆਉਣਾ ਜਾਣਾ, ਸਰਕਾਰ ਨੇ ਫੈਸਲਾ ਕੀਤਾ ਤਾਂ ਫਿਰ ਉਸ ਨੂੰ ਅੰਜਾਮ ਦੇਣ ਦੇ ਲਈ ਕਾਰਵਾਈ ਕੀਤੀ RBI ਨੇ। RBI ਕਰੰਸੀ ਨੋਟ ਜਾਰੀ ਕਰਦਾ ਅਤੇ ਇਸ ਨੂੰ ਰੈਗੂਲੇਟ ਵੀ ਕਰਦਾ। ਸਰਕਾਰ ਹਰ ਨੋਟ ਨੂੰ ਛਪਾਉਣ ਦੇ ਲਈ ਉਸਦੇ ਬਰਾਬਰ ਸੋਨਾ ਜਾਂ ਫਿਰ ਜਾਇਦਾਦ RBI ਦੇ ਕੋਲ ਜਮ੍ਹਾਂ ਕਰਵਾਉਂਦੀ ਹੈ। ਉਦੋਂ RBI ਉਸਦੀ ਕੀਮਤ ਦੇ ਬਰਾਬਰ ਨੋਟ ਛਾਪਦਾ ਹੈ। ਹਰ ਨੋਟ 'ਤੇ ਗਵਰਨਰ ਦੇ ਦਸਤਖਤ ਵੀ ਹੁੰਦੇ ਨੇ। ਨਵੇਂ ਨੋਟ ਛਾਪੇਖਾਨੇ ਤੋਂ RBI ਦੇ ਦਫ਼ਤਰ ਪਹੁੰਚਦੇ ਨੇ। ਉੱਥੋਂ ਕਰੰਸੀ ਚੈਸਟ ਦੇ ਵਿੱਚ ਅਤੇ ਫਿਰ ਬੈਂਕਾਂ ਦੀਆਂ ਸ਼ਾਖਾਵਾਂ ਦੇ ਵਿੱਚ ਪਹੁੰਚਦੀ ਹੈ। ਪੁਰਾਣੇ ਅਤੇ ਸੜੇ ਗਲੇ ਨੋਟਾਂ ਨੂੰ ਰੱਦ ਕਰਨ ਦਾ ਅਧਿਕਾਰ ਵੀ RBI ਦੇ ਕੋਲ ਹੀ ਹੈ। ਸਮੇਂ-ਸਮੇਂ 'ਤੇ ਮਹਿੰਗਾਈ ਅਤੇ ਵਿਆਜ ਦਰਾਂ ਦੀ ਸਮੀਖਿਆ ਕਰਦਾ ਹੈ। ਗਵਰਨਰ ਦੀ ਅਗਵਾਈ ਦੇ ਵਿੱਚ 6 ਮੈਂਬਰਾਂ ਦੀ ਕਮੇਟੀ ਰੈਪੋ ਰੇਟ ਤੈਅ ਕਰਦੀ ਹੈ, ਯਾਨੀ ਕਿ ਉਹ ਦਰ ਜਿਸ 'ਤੇ ਬੈਂਕਾਂ ਨੂੰ ਕਰਜ਼ਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਹੀ ਬੈਂਕ ਗਾਹਕਾਂ ਦੇ ਲਈ ਵਿਆਜ ਦਰ ਤੈਅ ਕਰਦੇ ਨੇ, ਯਾਨੀ ਕਿ ਤੁਸੀਂ ਅਤੇ ਅਸੀਂ ਜੋ ਹੋਮ ਲੋਨ ਜਾਂ ਆਟੋ ਲੋਨ ਲੈਂਦੇ ਹਾਂ ਉਸ ਦੀ ਚਾਬੀ RBI ਦੇ ਕੋਲ ਹੈ। ਇਹ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਲਈ ਬੈਂਕਰ ਦਾ ਕੰਮ ਕਰਦਾ, ਯਾਨੀ ਕਿ ਉਹਨਾਂ ਲਈ ਗਵਰਨਰ ਸਿਕਿਉਰਿਟੀਜ਼ ਖਰੀਦਦਾ ਹੈ ਅਤੇ ਵੇਚਦਾ ਹੈ। ਸਿਸਟਮ ਦੇ ਵਿੱਚ ਕਿੰਨੀ ਨਕਦੀ ਯਾਨੀ ਕਿ ਕੈਸ਼ ਰੱਖਣਾ ਹੈ ਇਹ ਤੈਅ ਕਰਦਾ ਹੈ। ਜਦੋਂ ਬਾਜ਼ਾਰ ਦੇ ਵਿੱਚ ਕੈਸ਼ ਦੀ ਕਮੀ ਹੁੰਦੀ ਹੈ ਤਾਂ ਉਹ ਬਾਜ਼ਾਰ ਦੇ ਵਿੱਚ ਪੈਸਿਆਂ ਦੀ ਸਪਲਾਈ ਵਧਾ ਦਿੰਦਾ ਹੈ। ਫੋਰਨ ਐਕਸਚੇਂਜ ਰੇਟ ਨੂੰ ਸਥਿਰ ਰੱਖਣ ਦੇ ਮਕਸਦ ਦੇ ਨਾਲ ਭਾਰਤੀ ਰਿਜ਼ਰਵ ਬੈਂਕ ਵਿਦੇਸ਼ੀ ਕਰੰਸੀ ਨੂੰ ਖਰੀਦਦਾ ਅਤੇ ਵੇਚਦਾ ਹੈ ਅਤੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਦੀ ਸੁਰੱਖਿਆ ਵੀ ਕਰਦਾ ਹੈ। ਮਤਲਬ ਇਹ ਕਿ ਦੇਸ਼ ਦੇ ਵਿੱਚ ਡਾਲਰ ਦੀ ਕਮੀ ਨਾ ਹੋਵੇ ਤਾਂ ਇਸਦਾ ਧਿਆਨ ਵੀ RBI ਨੂੰ ਹੀ ਰੱਖਣਾ ਹੁੰਦਾ ਹੈ। ਬੈਂਕਾਂ ਅਤੇ ਬੈਂਕਿੰਗ ਸਿਸਟਮ ਦੇ ਵਿੱਚ ਕੋਈ ਫਰਜ਼ੀਵਾੜਾ ਨਾ ਹੋਵੇ, ਲੋਕਾਂ ਦੇ ਪੈਸੇ ਸੁਰੱਖਿਅਤ ਰਹਿਣ, ਇਸ ਲਈ ਵੀ ਨਿਯਮ ਕਾਨੂੰਨ ਤੈਅ ਕਰਦਾ ਹੈ। ਫਿਲਹਾਲ ਦੇ ਲਈ ਕੰਮ ਧੰਦਾ ਦੇ ਵਿੱਚ ਇੰਨਾ ਹੀ। ਪਰ ਜਾਣ ਤੋਂ ਪਹਿਲਾਂ ਜ਼ਰੂਰੀ ਜਾਣਕਾਰੀ, ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਿ ਤੁਸੀਂ ਕਿਹੜੇ ਮੁੱਦਿਆਂ 'ਤੇ ਗੱਲ ਕਰਨਾ ਚਾਹੁੰਦੇ ਹੋ। ਇਸ ਦੇ ਨਾਲ ਹੀ ਖਬਰਾਂ ਦੀ ਅਪਡੇਟ ਲੈਣ ਦੇ ਲਈ ਸਾਡੀ ਵੈਬਸਾਈਟ 'ਤੇ ਆਓ ਅਤੇ ਨਾਲ ਹੀ ਸੋਸ਼ਲ ਮੀਡੀਆ 'ਤੇ YouTube 'ਤੇ ਸਾਨੂੰ ਜ਼ਰੂਰ ਫੋਲੋ ਕਰੋ। ਫਿਲਹਾਲ ਦੇ ਲਈ ਨਹੀਂ, ਇਜਾਜ਼ਤ ਦਿਓ, ਧੰਨਵਾਦ।